ਜੈ ਥੈਂਕ ਯੂ ਸੋ ਮਚ ਮਿਹਰਬਾਨੀ ਸ਼ੁਕਰੀਆ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਇਹਦੇ ਨਾਲ ਸੋ ਮਾਤਾ ਜੀ ਆਪਣੇ ਕੋਲ ਫੁੱਲ ਲਿਆਂਦੇ ਹੋਏ ਨੇ ਮਾਤਾ ਦੇ ਦਰਬਾਰ 'ਤੇ ਮੈਂ ਇੱਕ ਛੋਟੀ ਜਿਹੀ ਹਾਜ਼ਰੀ ਲਵਾਉਣੀ ਆ ਫੁੱਲਾਂ ਦੀ ਤੁਸੀਂ ਵਰਖਾ ਕਰਨੀ ਆ ਉਹ ਲਿਆਂਦੇ ਹੋਏ ਨੇ ਫੁੱਲ ਮਾੜਾ ਜਿਹਾ ਚੈੱਕ ਕਰਿਓ ਹਾਂਜੀ ਲਿਆਂਦੇ ਭਗਤ ਜੀ ਠੀਕ ਹੈ ਜੀ ਹਾਂਜੀ ਫੁੱਲ ਬਰਸੋਂਦੀ ਆਵਾਂ ਦਾਤੀਏ ਫੁੱਲ ਬਰਸੋਂਦੀ ਆਵਾਂ ਤੇਰੇ ਸੋਹਣੇ ਮੰਦਿਰਾਂ ਤੇ ਮਾਂ ਹਾਂ ਫੁੱਲਾਂ ਦੀ ਵਰਖਾ ਲਾਵਾਂ ਦਾਤੀਏ ਫੁੱਲ ਬਰਸੋਂਦੀ ਆਂ ਹਾਂਜੀ ਮਾਤਾ ਜੀ ਕਰਿਓ ਫਿਰ ਥੋੜ੍ਹੀ ਜਿਹੀ ਵਰਖਾ ਫੁੱਲ ਬਰਸਾਉਂਦੀ ਆਵਾਂ ਦਾਤੀਏ ਫੁੱਲ ਬਰਸਾਉਂਦੀ 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 ਫੁੱਲਾਂ ਦੀ ਵਰਖਾ ਲਾਵਾਂ ਦਾਤੀਏ ਫੁੱਲਾਂ ਦੀ ਵਰਖਾ ਫੁੱਲ ਬਰਸਾਉਂਦੀ ਆਵਾਂ ਦਾਤੀਏ ਫੁੱਲ ਬਰਸਾਉਂਦੀ ਆਵਾਂ
ਦੀਪ ਜਗਾਵਾਂ ਦੋਤੀਏ ਜਗ ਜਗ ਜੋਤ ਜਗਾਵਾਂ ਜਗ ਜਗ ਜੋਤ ਜਗਾਵਾਂ ਦੋਤੀਏ ਫੁੱਲ ਬਰਸਾਉਂਦੀਆਂ ਜਗ ਜਗ ਜੋਤ ਜਗਾਵਾਂ ਦੋਤੀਏ ਜਗ ਜਗ ਜੋਤੀਆਂ ਫੁੱਲ ਬਰਸਾਉਂਦੀਆਂ ਦੋਤੀਏ ਫੁੱਲ ਬਰਸਾਉਂਦੀਆਂ ਮਾਂ ਦਾਦੀਏ ਫੁੱਲ ਬਰਸਾਉਂਦੀਆਂ ਫੁੱਲ ਬਰਸਾਉਂਦੀਆਂ ਮਾਂ ਦਾਦੀਏ ਫੁੱਲ ਬਰਸਾਉਂਦੀਆਂ ਮਾਂ ਫੁੱਲ ਬਰਸਾਉਂਦੀਆਂ ਮਾਂ ਦਾਦੀਏ ਫੁੱਲ ਬਰਸਾਉਂਦੀਆਂ ਮੈਂ ਜਗ ਜਗ ਜੋਤ ਜਗਾਵਾਂ ਦਾਦੀਏ ਫੁੱਲ ਬਰਸਾਉਂਦੀਆਂ ਮੈਂ ਜਗ ਜਗ ਜੋਤ ਜਗਾਵਾਂ ਦਾਦੀਏ ਫੁੱਲ ਬਰਸਾਉਂਦੀਆਂ ਪਾਪਾ ਜੀ ਅੱਗੇ ਆਇਓ ਮਾੜਾ ਜਿਹਾ ਤੁਸੀਂ ਪੱਗ ਬਹੁਤ ਸੋਹਣੀ ਬੰਨੀ ਆ ਪੱਗ ਜੀ ਅੱਗੇ ਆ ਜਾਓ ਆ ਜਾਓ ਪਾਪਾ ਜੀ ਮੈਨੂੰ ਜਦੋਂ ਬਜ਼ੁਰਗ ਮਾਪੇ ਵੇਖਦੀ ਆ ਨਾ ਤਾਂ ਮੈਨੂੰ ਆਪਣੇ ਮਾਂ ਬਾਪ ਦੀ ਯਾਦ ਆਉਂਦੀ ਹੈ ਮੈਂ ਤੁਹਾਡੇ ਵਿੱਚੋਂ ਵੇਖਦੀ ਹਾਂ ਸਾਰਿਆਂ 'ਚ ਤੁਹਾਡੇ ਵਿੱਚੋਂ ਆਪਣੇ ਮਾਂ ਬਾਪ ਨੂੰ ਵੇਖਦੀ ਹਾਂ ਮੈਂ ਭਾਅ ਜੀ ਹਰਜੀਤ ਨੂੰ ਪਤਾ ਕਿ ਰੋਜ਼ ਸਟੇਜਾਂ 'ਤੇ ਕੰਮ ਕਰਦੀ ਹਾਂ ਜਦੋਂ ਮੇਰੀਆਂ ਮਾਤਾਵਾਂ ਇੱਦਾਂ ਬਜ਼ੁਰਗ ਮਾਪੇ ਮੈਨੂੰ ਮਿਲਦੇ ਆ ਤਾਂ ਮੈਨੂੰ ਮਹਿਸੂਸ ਹੁੰਦਾ ਹੈ ਕਿ ਮੇਰੇ ਮਾਪੇ ਇਸ ਦੁਨੀਆਂ ਤੋਂ ਰੁਸਤਮ ਨਹੀਂ ਹੋਏ ਉਹ ਮੇਰੇ ਨਾਲ ਆ ਤੁਹਾਡੇ 'ਚੋਂ ਮੈਂ ਆਪਣੇ ਮਾਂ ਬਾਪ ਦੇਖਦੀ ਹਾਂ ਤੁਸੀਂ ਪੱਗ ਬਹੁਤ ਸੋਹਣੀ ਸਜਾਈ ਆ ਮੈਂ ਦੋ ਲਾਈਨਾਂ ਤੁਹਾਡੀ ਪੱਗ ਲਈ ਬੋਲਾਂਗੀ ਕਿਉਂਕਿ ਐਪਰੀਸ਼ੀਏਟ ਬਣਦਾ ਨਾ ਸਰਦਾਰ ਬੰਦੇ ਲਈ ਇੱਕ ਤਾੜੀ ਮਾਰਿਓ ਜਿਹੜਾ ਪੱਗ ਲਈ ਕਹਿੰਦੇ ਕਿ ਜਿਹੜੀ ਸਿੱਖੀ ਹੁੰਦੀ ਆ ਸਰਦਾਰੀ ਬੜੀ ਔਖੀ ਮਿਲਦੀ ਆ ਪਰ ਉਹ ਤੋਂ ਬੜਾ ਦੁੱਖ ਲੱਗਦਾ ਬੋਂਸਰ ਸਾਹਿਬ ਉਹ ਤੋਂ ਬੜਾ ਦੁੱਖ ਲੱਗਦਾ ਪਤਾ ਕਿਦੋਂ ਜਦੋਂ ਸਰਦਾਰ ਬੰਦਾ ਕੱਢ ਕੇ ਕਿਤੇ ਸਰਾਣਾ ਜਿਹਾ ਲਾਵੇ ਜਿਹਨੂੰ ਕਹਿੰਦੇ ਆ ਚੈਣੀ ਖੈਣੀ ਕਹਿੰਦੇ ਆ ਨਾ ਕਦੇ ਕਦੇ ਕੂਲ ਡੁੱਪ ਵੀ ਕਹਿੰਦੇ ਆ ਕੂਲ ਲਿਪਸ ਕੂਲ ਲੁਪ ਤੈਨੂੰ ਕਿੱਦਾਂ ਪਤਾ ਇਹਦਾ ਮਤਲਬ ਤੂੰ ਲਾਉਣਾ ਤੈਨੂੰ ਤੁਹਾਨੂੰ ਪਤਾ ਕਿ ਮੈਂ ਪੁੱਟਦੀ ਬਹੁਤ ਜ਼ਿਆਦਾ ਜੋ ਇਹ ਬਹੁਤ ਸਾਰਾ ਮਾਨ ਪਹੁੰਚਿਆ ਪਾਪਾ ਜੀ ਚਲੇ ਗਏ ਪਾਪਾ ਜੀ ਦੋ ਲਾਈਨਾਂ ਤੁਹਾਡੇ ਲਈ ਕੋਈ ਨਹੀਂ ਇੱਥੇ ਖੜੇ ਰਹੋ ਤੁਸੀਂ ਹਾਂਜੀ ਕੀ ਕਹਿੰਦੇ ਤੁਸੀਂ ਪੱਗ ਬਹੁਤ ਸੋਹਣੀ ਬੰਨੀ ਆ ਕਹਿੰਦੇ 5-7 ਮਿੰਟ ਵੱਧ ਭਾਵੇਂ ਲੱਗ ਜਾਣ ਕਹਿੰਦੇ 5-7 ਮਿੰਟ ਵੱਧ ਭਾਵੇਂ ਲੱਗ ਜਾਣ ਪਰ ਰੀਝਾਂ ਨਾਲ ਸਜਾਉਂਦੇ ਨੇ ਕਹਿੰਦੇ ਰਾਜੇ ਦੇ ਸਿਰ ਤਾਜ ਸਿਰਫ ਸਰ ਇੱਕ ਵਾਰ ਸੱਜਦਾ ਪਰ ਸਰਦਾਰ ਜੀ ਰੋਜ਼ ਸਜਾਉਂਦੇ ਨੇ ਪਾਪਾ ਜੀ ਰੋਜ਼ ਸਜਾਉਂਦੇ ਨੇ ਕਹਿੰਦੇ ਨਾ ਮੈਂ ਸ਼ੌਂਕ ਨਾਲ ਬੰਨਾਂ ਨਾਲ ਦਿਖਾਵਿਆਂ ਦੀ ਲੋੜ ਜੀ ਮੈਂ ਹੈਗਾ ਹੀ ਸਰਦਾਰਿਆਂ ਜੀ ਮੈਂ ਹੈਗਾ ਹੀ ਸਰਦਾਰਿਆਂ ਕਹਿੰਦੇ ਪੱਗ ਦੇ ਨਾਲ ਮੁੱਛ ਸੋਹਣੀ ਲੱਗਦੀ ਹੈ ਅਤੇ ਮੁੱਛ ਦੇ ਨਾਲ ਪੱਗ ਸੋਹਣੀ ਲੱਗਦੀ ਹੈ ਔਰ ਹੁਣ ਮੇਰੀਆਂ ਭੈਣਾਂ ਨੇ ਕਹਿਣਾ ਕਿ ਬੀਬਾ ਨੇ ਗੱਲ ਕੀਤੀ ਮੈਡਮ ਜੀ